ਇਹਨਾਂ ਪੰਜਾਂ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਜੇ ਬਹੁਤ ਤਰੱਕੀ ਕਰਨੀ ਸੀ, ਜ਼ਿੰਦਗੀ ਦੀ ਸ਼ੁਰੂਆਤ ਸੀ। ਪੰਜੇ ਨੌਜਵਾਨ ਹਜੇ ਅਣਵਿਆਹੇ ਕੁਆਰੇ ਲੜਕੇ, ਤਾਂ ਮੈਨੂੰ ਹੁਣੇ ਹੁਣੇ ਦੱਸਿਆ ਨੌਜਵਾਨਾਂ ਨੇ ਕਿ ਕੋਈ ਇੰਸਟਾਗ੍ਰਾਮ ਦੇ ਵਿੱਚ ਵੀ ਇਹਨਾਂ ਦਾ ਵੀਡੀਓ ਅਪਲੋਡ ਹੋਇਆ ਸੀ, ਜਿਹਦੇ ਵਿੱਚ ਕਾਰ ਦਾ ਜਿਹੜਾ ਸਪੀਡੋਮੀਟਰ ਹੈ ਉਹ ਦੱਸਿਆ ਗਿਆ ਕਿ 120 ਦੀ 130 ਦੀ ਸਪੀਡ ਦੇ ਉੱਤੇ ਕਾਰ ਜਿਹੜੀ ਹੈ ਇਹ ਲੜਕੇ ਜਿਹੜੇ ਚਲਾ ਰਹੇ ਸਨ। ਸੋ ਮੈਂ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੀਆਂ ਜ਼ਿੰਦਗੀਆਂ ਬਹੁਤ ਕੀਮਤੀ ਹੈ, ਤੁਹਾਡੇ ਨਾਲ ਤੁਹਾਡੇ ਮਾਤਾ ਪਿਤਾ, ਤੁਹਾਡੇ ਭੈਣ ਭਰਾ, ਤੁਹਾਡੇ ਰਿਸ਼ਤੇਦਾਰ, ਦੋਸਤ, ਉਹਨਾਂ ਦੀਆਂ ਵੀ ਜ਼ਿੰਦਗੀਆਂ ਤੁਹਾਡੇ ਨਾਲ ਜੁੜੀਆਂ। ਸੋ ਇੱਦਾਂ ਦਾ ਕੋਈ ਵੀ ਸੜਕ ਦੇ ਉੱਤੇ, ਹਾਈਵੇ ਦੇ ਉੱਤੇ ਇਹੋ ਜਿਹਾ ਸਟੰਟ, ਇਹੋ ਜਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਨਾ ਕਰੋ ਜਿਹਦੇ ਕਰਕੇ ਤੁਹਾਡੀ ਜ਼ਿੰਦਗੀ ਤਾਂ ਜਾਂਦੀ ਹੈ, ਉਹਦੇ ਨਾਲ ਦੂਸਰੀਆਂ ਪਰਿਵਾਰ ਦਾ ਵੀ ਜਿਹੜਾ ਜੀਣਾ ਮੁਹਾਲ ਹੋ ਜਾਂਦਾ। ਸੋ ਬਹੁਤ ਅਫਸੋਸ ਹੈ ਕਿਉਂਕਿ ਇੰਨਾ ਦਰਦਨਾਕ ਹਾਦਸਾ ਹੋਇਆ ਜਿਹਦੇ ਵਿੱਚ ਕਾਰ ਨੂੰ ਅੱਗ ਲੱਗਣ ਕਰਕੇ ਤਿੰਨ ਨੌਜਵਾਨ ਤਾਂ ਇਹੋ ਜਿਹੇ ਸਨ ਜਿਨ੍ਹਾਂ ਦੀਆਂ ਡੈੱਡ ਬੋਡੀਜ਼ ਹੈ ਜਿਹੜੀਆਂ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਅੱਗ ਕਰਕੇ। ਉਹ ਪਰਿਵਾਰ ਜਿਹੜਾ ਬੜਾ ਵਿਲਖ ਰਿਹਾ, ਰੋ ਰਿਹਾ, ਔਰ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਹੈ ਕਿ ਅਸੀਂ ਰੋਕ ਲੈਂਦੇ ਨਾ ਜਾਂਦੇ ਸਾਡੇ ਬੱਚੇ, ਪਰ ਇਹ ਹੋਣੀ ਸੀ, ਹੋ ਕੇ ਰਹਿਣੀ ਸੀ, ਪਰ ਇਸ ਹੋਣੀ ਨੂੰ ਰੋਕਿਆ ਜਾ ਸਕਦਾ। ਜਿਸ ਤਰ੍ਹਾਂ ਕੱਲ੍ਹ ਸਾਡੇ ਮੁੱਖ ਮੰਤਰੀ ਸਾਹਿਬ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਇੱਥੇ ਸ਼ੁਰੂਆਤ ਕਰਕੇ ਗਏ ਆ, ਔਰ ਨੌਜਵਾਨਾਂ ਨੂੰ ਬੜਾ ਅੱਛਾ ਮੈਸੇਜ ਉਹਨਾਂ ਨੇ ਦਿੱਤਾ। ਸੋ ਸਾਨੂੰ ਜਿਹੜਾ ਸਿਆਣਿਆਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ। ਨੌਜਵਾਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਰਹੋ। ਮਾਤਾ ਪਿਤਾ ਹਮੇਸ਼ਾ ਚੰਗੇ ਦੇ ਲਈ ਹੀ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ, ਮਾਤਾ ਪਿਤਾ ਦੇ ਕਹਿਣ ਦਾ ਗੁੱਸਾ ਨਾ ਕਰੋ। ਔਰ ਅਗਰ ਅਸੀਂ ਮਾਤਾ ਪਿਤਾ ਦੇ ਕਹਿਣੇ 'ਚ ਨਾ ਰਵਾਂਗੇ ਤਾਂ ਇਹੋ ਜਿਹੇ ਜਿਹੜੇ ਹਾਦਸੇ ਆ ਇਹ ਵਾਪਰਦੇ ਰਹਿਣਗੇ। ਸੋ ਸਾਨੂੰ ਅਲਰਟ ਹੋਣ ਦੀ ਜ਼ਰੂਰਤ ਹੈ। ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਪਰਿਵਾਰਾਂ ਦੇ ਨਾਲ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦੇ ਨਾਲ ਹਮਦਰਦੀ ਕਰਦਾ, ਔਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਪਰਿਵਾਰਾਂ ਨੂੰ ਤਾਕਤ ਬਖਸ਼ਣ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚੋਂ ਇਹ ਪਰਿਵਾਰ ਹੈ ਜਿਹੜੇ ਉੱਭਰ ਸਕਣ। ਇਹਨਾਂ ਪੰਜਾਂ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਜੇ ਬਹੁਤ ਤਰੱਕੀ ਕਰਨੀ ਸੀ, ਜ਼ਿੰਦਗੀ ਦੀ ਸ਼ੁਰੂਆਤ ਸੀ। ਪੰਜੇ ਨੌਜਵਾਨ ਹਜੇ ਅਣਵਿਆਹੇ ਕੁਆਰੇ ਲੜਕੇ, ਤਾਂ ਮੈਨੂੰ ਹੁਣੇ ਹੁਣੇ ਦੱਸਿਆ ਨੌਜਵਾਨਾਂ ਨੇ ਕਿ ਕੋਈ ਇੰਸਟਾਗ੍ਰਾਮ ਦੇ ਵਿੱਚ ਵੀ ਇਹਨਾਂ ਦਾ ਵੀਡੀਓ ਅਪਲੋਡ ਹੋਇਆ ਸੀ, ਜਿਹਦੇ ਵਿੱਚ ਕਾਰ ਦਾ ਜਿਹੜਾ ਸਪੀਡੋਮੀਟਰ ਹੈ ਉਹ ਦੱਸਿਆ ਗਿਆ ਕਿ 120 ਦੀ 130 ਦੀ ਸਪੀਡ ਦੇ ਉੱਤੇ ਕਾਰ ਜਿਹੜੀ ਹੈ ਇਹ ਲੜਕੇ ਜਿਹੜੇ ਚਲਾ ਰਹੇ ਸਨ। ਸੋ ਮੈਂ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੀਆਂ ਜ਼ਿੰਦਗੀਆਂ ਬਹੁਤ ਕੀਮਤੀ ਹੈ, ਤੁਹਾਡੇ ਨਾਲ ਤੁਹਾਡੇ ਮਾਤਾ ਪਿਤਾ, ਤੁਹਾਡੇ ਭੈਣ ਭਰਾ, ਤੁਹਾਡੇ ਰਿਸ਼ਤੇਦਾਰ, ਦੋਸਤ, ਉਹਨਾਂ ਦੀਆਂ ਵੀ ਜ਼ਿੰਦਗੀਆਂ ਤੁਹਾਡੇ ਨਾਲ ਜੁੜੀਆਂ। ਸੋ ਇੱਦਾਂ ਦਾ ਕੋਈ ਵੀ ਸੜਕ ਦੇ ਉੱਤੇ, ਹਾਈਵੇ ਦੇ ਉੱਤੇ ਇਹੋ ਜਿਹਾ ਸਟੰਟ, ਇਹੋ ਜਿਹਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਨਾ ਕਰੋ ਜਿਹਦੇ ਕਰਕੇ
ਤੁਹਾਡੀ ਜ਼ਿੰਦਗੀ ਤੱਕ ਜਾਂਦੀ ਹੈ, ਉਹਦੇ ਨਾਲ ਦੂਸਰੀਆਂ ਪਰਿਵਾਰ ਦਾ ਵੀ ਜਿਹੜਾ ਜੀਣਾ ਮੁਹਾਲ ਹੋ ਜਾਂਦਾ। ਸੋ ਬਹੁਤ ਅਫਸੋਸ ਹੈ, ਕਿਉਂਕਿ ਇੰਨਾ ਦਰਦਨਾਕ ਹਾਦਸਾ ਹੋਇਆ ਜਿਹਦੇ ਵਿੱਚ ਕਾਰ ਨੂੰ ਅੱਗ ਲੱਗਣ ਕਰਕੇ 3 ਨੌਜਵਾਨ ਤਾਂ ਇਹੋ ਜਿਹੇ ਸਨ ਜਿਨ੍ਹਾਂ ਦੀਆਂ ਡੈੱਡ ਬੋਡੀਜ਼ ਹੈ ਜਿਹੜੀਆਂ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਅੱਗ ਕਰਕੇ। ਉਹ ਪਰਿਵਾਰ ਜਿਹੜਾ ਬੜਾ ਵਿਲਖ ਰਿਹਾ, ਰੋ ਰਿਹਾ, ਔਰ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਹੈ ਕਿ ਅਸੀਂ ਰੋਕ ਲੈਂਦੇ ਨਾ ਜਾਂਦੇ ਸਾਡੇ ਬੱਚੇ, ਪਰ ਇਹ ਹੋਣੀ ਸੀ, ਹੋ ਕੇ ਰਹਿਣੀ ਸੀ, ਪਰ ਇਸ ਹੋਣੀ ਨੂੰ ਰੋਕਿਆ ਜਾ ਸਕਦਾ। ਜਿਸ ਤਰ੍ਹਾਂ ਕੱਲ੍ਹ ਸਾਡੇ ਮੁੱਖ ਮੰਤਰੀ ਸਾਹਿਬ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਇੱਥੇ ਸ਼ੁਰੂਆਤ ਕਰਕੇ ਗਏ ਆ, ਔਰ ਨੌਜਵਾਨਾਂ ਨੂੰ ਬੜਾ ਅੱਛਾ ਮੈਸੇਜ ਉਹਨਾਂ ਨੇ ਦਿੱਤਾ। ਸੋ ਸਾਨੂੰ ਜਿਹੜਾ ਸਿਆਣਿਆਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ। ਨੌਜਵਾਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਰੋਕੋ। ਮਾਤਾ ਪਿਤਾ ਹਮੇਸ਼ਾ ਚੰਗੇ ਦੇ ਲਈ ਹੀ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ, ਮਾਤਾ ਪਿਤਾ ਦੇ ਕਹਿਣ ਦਾ ਗੁੱਸਾ ਨਾ ਕਰੋ, ਔਰ ਅਗਰ ਅਸੀਂ ਮਾਤਾ ਪਿਤਾ ਦੇ ਕਹਿਣੇ 'ਚ ਨਾ ਰਵਾਂਗੇ ਤਾਂ ਇਹੋ ਜਿਹੜੇ ਹਾਦਸੇ ਆ ਇਹ ਵਾਪਰਦੇ ਰਹਿਣਗੇ। ਸੋ ਸਾਨੂੰ ਅਲਰਟ ਹੋਣ ਦੀ ਜ਼ਰੂਰਤ ਹੈ। ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਪਰਿਵਾਰਾਂ ਦੇ ਨਾਲ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦੇ ਨਾਲ ਹਮਦਰਦੀ ਕਰਦਾ, ਔਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਪਰਿਵਾਰਾਂ ਨੂੰ ਤਾਕਤ ਬਖਸ਼ਣ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚੋਂ ਇਹ ਪਰਿਵਾਰ ਹੈ ਜਿਹੜੇ ਉੱਭਰ ਸਕਣ।